सोलह में कॉल करके बता सकते अपना नाम नहीं आएगा। 1800 1801000 ठीक है सर। बहुत अच्छा केस करता है, नहीं करता फाइनल पे जाकर आता है सर, साइन कर दो करते जी। भ्रष्टाचार का मुख कारण जिहड़ा है ਉਹ ਸਾਡੀਆਂ ਜਿਹੜੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਸਾਡੇ ਬੈਠੇ ਨੇ, ਸ਼ਾਮਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਭ੍ਰਿਸ਼ਟਾਚਾਰ ਦਾ ਤਰੀਕਾ ਜਿਹੜਾ ਸੌਖਾ ਤਰੀਕਾ ਹੈ ਉਹਨੂੰ ਬਾਲ ਅਪਣਾਉਂਦੇ ਨੇ ਅਤੇ ਆਪਣਾ ਜਿਹੜਾ ਜਾਇਜ਼ ਨਜਾਇਜ਼ ਅਤੇ ਖਾਸਾ ਨੂੰ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਮੇਰੇ ਅੰਦਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਤੋਂ ਬੇਨਤੀ ਹੈ ਕਿ ਉਹ ਆਪਣੇ ਸ਼ਾਮਿਲ ਜ਼ਰੂਰ ਪੂਰੀਆਂ ਕਰਨ। ਅਸੀਂ ਕੰਮ ਕਰ ਰਹੇ ਹਾਂ, ਕਿਤੇ ਵੀ ਕ੍ਰਾਈਮ ਹੋ ਰਿਹਾ, ਕਿਤੇ ਵੀ ਕਰਪਸ਼ਨ ਲਈ ਜਾ ਰਹੀ ਹੈ, ਅਸੀਂ ਹਰ ਟਾਈਮ ਸੁਬਹ ਤੋਂ ਲੈ ਕੇ ਸ਼ਾਮ ਤੱਕ ਇਨਵੋਲਵ ਹੈ। ਜਿੱਥੇ ਸਾਨੂੰ ਕੋਈ ਪਬਲਿਕ ਦਾ ਬੰਦਾ ਮਿਲਦਾ ਸਾਨੂੰ ਕਹਿੰਦਾ ਮੈਂ ਦੁਖੀ ਹਾਂ, ਮੇਰੇ ਤੋਂ ਪੈਸੇ ਲੈ ਜਾ ਰਹੇ ਹੈ, ਅਸੀਂ ਉਸ ਦੇ ਨਾਲ ਖੜ੍ਹੇ ਹਾਂ, ਅਸੀਂ ਉਹਦਾ ਕੰਮ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਕਰਵਾਉਂਦੇ ਹਾਂ। ਸਰ ਮੈਂ ਜਿਹੜਾ ਅੱਜ ਸੈਮੀਨਾਰ ਕੀਤਾ ਗਿਆ ਇਹਦੇ ਬਾਰੇ ਕੀ ਲੋਕਾਂ ਨੂੰ ਤੁਸੀਂ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਇਹ ਜਾਗਰੂਕਤਾ ਕੀਤੀ ਹੈ ਸਰ ਵੀ ਕੋਈ ਵੀ ਬੰਦਾ ਪੈਸਾ ਨਾ ਦੇਵੇ, ਅਗਰ ਕੋਈ ਮੁਲਾਜ਼ਮ ਤੁਹਾਡੇ ਕੋਲ ਪੈਸਾ ਮੰਗਦਾ ਤਾਂ ਸਾਨੂੰ ਯਾਦ ਕਰੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਤੁਹਾਡਾ ਕੰਮ ਫ੍ਰੀ 'ਚ ਕਰਵਾ ਕੇ ਦੇਵਾਂਗੇ। ਇਸ ਲਈ ਹੈ ਕਿਉਂਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਦਾ ਅੰਤਿਮ ਪਦ ਵੀ ਸਤਿਅਮ ਪਰਮ ਧੀਮਹਿ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜਬ ਦੇਵਕੀ ਕੇ ਗਰਭ ਮੇਂ ਹੈ ਤੋ ਦੇਵਤਾਓਂ ਕੀ ਸਤੁਤੀ ਵੀ